So I think of the metaverse as the next generation of the internet. ਪਹਿਲਾਂ ਇੰਟਰਨੈਟ ਹੋਂਦ 'ਚ ਆਇਆ ਅਤੇ ਫਿਰ ਫੇਸਬੁੱਕ ਵਰਗੀਆਂ ਸੋਸ਼ਲ ਐਪਸ ਨੇ ਦੁਨੀਆ 'ਚ ਨਵੀਂ ਕ੍ਰਾਂਤੀ ਲੈ ਕੇ ਆਂਦੀ। ਫੇਸਬੁੱਕ ਦੇ ਜ਼ਰੀਏ ਇਨਸਾਨ ਆਪਣੇ ਵਿਚਾਰ ਪੂਰੀ ਦੁਨੀਆ ਦੇ ਨਾਲ ਟੈਕਸਟ, ਫੋਟੋ ਜਾਂ ਫਿਰ ਵੀਡੀਓ ਦੇ ਰੂਪ ਦੇ ਵਿੱਚ ਸ਼ੇਅਰ ਕਰ ਸਕਦਾ ਹੈ ਅਤੇ ਥੋੜ੍ਹੇ ਹੀ ਸਾਲਾਂ ਦੇ ਵਿੱਚ ਇਹ ਸਭ ਕੁਝ ਮਨੁੱਖ ਦੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣ ਗਿਆ। ਪਰ ਹਰ ਇੱਕ ਚੀਜ਼ ਦੀ ਗਰੋਥ ਜ਼ਰੂਰ ਹੁੰਦੀ ਹੈ ਅਤੇ ਇਸ ਤਰ੍ਹਾਂ ਹੁਣ ਇੰਟਰਨੈਟ ਦੀ ਵੀ ਅਗਲੀ ਪੀੜ੍ਹੀ ਵੀ ਜਨਮ ਲੈ ਰਹੀ ਹੈ ਜਿਸ ਦਾ ਨਾਮ ਹੈ ਮੈਟਾਵਰਸ। ਫੇਸਬੁੱਕ ਨੇ ਹਾਲ ਹੀ ਦੇ ਵਿੱਚ 10,000 ਮਾਹਿਰ ਲੋਕਾਂ ਨੂੰ ਭਰਤੀ ਕੀਤਾ ਹੈ ਅਤੇ ਮੈਟਾਵਰਸ 'ਤੇ ਕੰਮ ਕਰਨ ਦੇ ਲਈ ਅਤੇ ਖੁਦ ਨੂੰ ਇੱਕ ਮੈਟਾਵਰਸ ਕੰਪਨੀ ਵੀ ਘੋਸ਼ਿਤ ਕਰ ਦਿੱਤਾ ਹੈ। ਮੈਟਾਵਰਸ ਇੱਕ ਅਲੱਗ ਦੁਨੀਆ ਹੋਵੇਗੀ ਜਿੱਥੇ ਸਭ ਕੁਝ ਅਲੱਗ ਹੋਵੇਗਾ। ਇਸ ਰੀਅਲ ਦੁਨੀਆ ਦੀ ਤਰ੍ਹਾਂ ਇੰਟਰਨੈਟ 'ਤੇ ਵੀ ਇੱਕ ਦੁਨੀਆ ਹੋਵੇਗੀ ਜਿਸ ਤਰ੍ਹਾਂ VR ਦੀ ਮਦਦ ਦੇ ਨਾਲ ਗੇਮਿੰਗ ਵਗੈਰਾ 'ਚ ਦੇਖਣ ਨੂੰ ਮਿਲਦਾ ਹੈ ਕਿ ਕੁਝ ਇਸ ਤਰ੍ਹਾਂ ਦਾ ਹੀ ਹੋਵੇਗਾ ਮੈਟਾਵਰਸ ਦੇ ਵਿੱਚ ਜਿੱਥੇ ਮਿਲੀਅਨਾਂ ਹੀ ਲੋਕ ਇੱਕ ਦੂਜੇ ਦੇ ਨਾਲ ਵਰਚੁਅਲੀ ਕਨੈਕਟ ਹੋ ਜਾਣਗੇ ਅਤੇ ਆਮ ਦੁਨੀਆ ਵਾਂਗ ਹਰ ਇੱਕ ਚੀਜ਼ ਨੂੰ ਅਨੁਭਵ ਕਰ ਸਕਣਗੇ। ਅਜੇ ਇਸ ਨੂੰ ਸਮਝਣਾ ਅਤੇ ਸਮਝਾਉਣਾ ਥੋੜ੍ਹਾ ਮੁਸ਼ਕਲ ਜ਼ਰੂਰ ਹੈ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਕੰਪਨੀਆਂ ਦੀ ਨਿਗਾਹ ਇਸ ਵੱਲ ਟਿਕੀ ਹੋਈ ਹੈ ਅਤੇ ਫੇਸਬੁੱਕ ਇਸ ਦੇ ਨਾਲ ਹੁਣ ਜੁੜ ਚੁੱਕੀ ਹੈ ਅਤੇ ਲਗਾਤਾਰ ਇਸ ਦੇ ਉੱਤੇ ਹੁਣ ਕੰਮ ਹੋ ਰਿਹਾ ਅਤੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਅਨੁਭਵ ਕਰ ਸਕਾਂਗੇ ਅਤੇ ਨਾਲ ਨਾਲ ਇਸ ਦੇ ਬਾਰੇ 'ਚ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਇਸ ਨੂੰ ਸਰਲ ਤਰੀਕਿਆਂ ਦੇ ਨਾਲ ਸਮਝਾ ਸਕਾਂਗੇ। ਸੋ ਦੋਸਤੋ, ਇਸੇ ਹੀ ਤਰ੍ਹਾਂ ਦੁਨੀਆ ਦੀ ਗਰੋਥ ਹੁੰਦੀ ਰਹਿਣੀ ਹੈ ਅਤੇ ਇਸੇ ਹੀ ਤਰ੍ਹਾਂ ਨਵੀਆਂ ਨਵੀਆਂ ਚੀਜ਼ਾਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਐਡ ਹੁੰਦੀਆਂ ਹੀ ਰਹਿਣਗੀਆਂ। ਬਾਕੀ ਦੋਸਤੋ, ਇਸੇ ਹੀ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਅਤੇ ਵੀਡੀਓਜ਼ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਨਾਲ ਹੀ ਬੈੱਲ ਆਈਕਨ ਜ਼ਰੂਰ ਪ੍ਰੈੱਸ ਕਰ ਲਿਓ ਆਉਣ ਵਾਲੀਆਂ ਲੇਟੈਸਟ ਵੀਡੀਓ ਦੇਖਦੇ ਰਹਿਣ ਦੇ ਲਈ। ਧੰਨਵਾਦ ਜੀ।